ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਜਲੰਧਰ ਵਿੱਚ ਕੁਝ ਸਾਲ ਪਹਿਲਾਂ ਜਿਸ ਰਾਜਾ ਕੰਦੋਲਾ ਨੂੰ ਆਈਸ ਤਸਕਰ ਦੱਸ ਕੇ ਜਲੰਧਰ ਪੁਲਿਸ ਨੇ ਖੂਬ ਵਾਹਵਾਹੀ ਲੁੱਟੀ ਸੀ, ਉਸੇ ਰਾਜਾ ਕੰਦੋਲਾ ਦੇ ਖਿਲਾਫ ਦਰਜ ਹੀਰੋਇਨ ਤਸਕਰੀ ਦੇ ਇਸ ਕੇਸ ਵਿੱਚ ਪੁਲਿਸ ਦੀ ਕਹਾਣੀ ਆਈਸ ਦੀ ਤਰਫ ਪਿਘਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਸ ਕੇਸ ਵਿੱਚ ਰਾਜਾ ਕੰਦੋਲਾ ਦੇ ਖਿਲਾਫ ਲਗਾਏ ਹੀਰੋਇਨ ਤਸਕਰੀ ਦੇ ਆਰੋਪ ਸਾਬਿਤ ਨਹੀਂ ਕਰ ਸਕੀ। ਅਦਾਲਤ ਵਿੱਚ ਰਾਜਾ ਕੰਦੋਲਾ ਦੀ ਤਰਫ ਤੋਂ ਐਡਵੋਕੇਟ ਮਨਦੀਪ ਸਿੰਘ ਸਚਦੇਵਾ ਕੇਸ ਲੜ ਰਹੇ ਸੀ। ਇਸ ਕੇਸ ਵਿੱਚ ਦੋ ਲੋਕ ਭਗੌੜੇ ਸਨ। ਪੁਲਿਸ ਨੇ ਬਾਅਦ ਵਿੱਚ ਇਸ ਕੇਸ ਵਿੱਚ ਰਾਜਾ ਕੰਦੋਲਾ ਨੂੰ ਨਾਮਜ਼ਦ ਕੀਤਾ ਸੀ। ਰਾਜਾ ਕੰਦੋਲਾ ਨੂੰ ਪੁਲਿਸ ਆਈਸ ਡਰੱਗ ਦਾ ਵਪਾਰੀ ਦੱਸਦੀ ਰਹੀ ਹੈ ਤੇ ਉਸ ਦੀ ਗ੍ਰਿਫਤਾਰੀ ਦੇ ਵਕਤ ਕਰੋੜਾਂ ਦੀ ਡਰੱਗ ਰਿਕਵਰੀ ਦਾ ਦਾਅਵਾ ਕੀਤਾ ਗਿਆ ਸੀ। ਰਾਜਾ ਕੰਦੋਲਾ ਨੂੰ ਸੈਸ਼ਨ ਵਿੱਚ ਸੰਜੀਵ ਕੁਮਾਰ ਗਰਗ ਨੇ ਪੁਲਿਸ ਦੁਆਰਾ ਆਰੋਪ ਸਾਬਿਤ ਨਾ ਹੋਣ ਕਾਰਨ ਦਰਜ ਕੀਤੀ ਗਈ FIR ਤੋਂ ਬਰੀ ਕਰ ਦਿੱਤਾ ਹੈ। ਦੇਖੋ, ਕਿਸੇ ਵੀ ਕੇਸ ਦੇ ਵਿੱਚ ਆਈਸ ਨਾਮ ਦੀ ਕੋਈ ਚੀਜ਼ ਇੱਥੋਂ ਰਿਕਵਰ ਨਹੀਂ ਹੋਈ, ਚਾਹੇ ਉਹ ਜਲੰਧਰ ਦੇ ਕੇਸਿਸ ਹੋਣ ਚਾਹੇ ਗੜਸ਼ੰਕਰ ਦੇ ਹੋਣ। ਔਰ ਪਤਾ ਨਹੀਂ ਪੁਲਿਸ ਨੇ ਕਿੱਥੋਂ ਕਹਿ ਦਿੱਤਾ ਸੀ ਕਿ 3000 ਕਰੋੜ ਰੁਪਏ ਦੀ ਆਈਸ ਦਾ ਕੇਸ ਹੈਗਾ। ਆਈਸ ਤਾਂ ਇਹਦੇ ਕੋਲ ਰਿਕਵਰ ਹੀ ਨਹੀਂ ਹੋਈ। ਬਾਅਦ 'ਚੋਂ ਇੰਦਰਜੀਤ ਜੋ ਕਿ ਆਪ ਖੁਦ ਜੇਲ੍ਹ 'ਚ ਆ, ਉਹਨਾਂ ਨੇ ਹੀਰੋਇਨ ਇਹਨਾਂ ਤੋਂ ਰਿਕਵਰ ਕੀਤੀ ਸੀ ਜਲੰਧਰ ਵਾਲੇ ਕੇਸ ਦੇ ਵਿੱਚ। ਆਈਸ ਦੇ ਕੇਸ ਵਿੱਚ ਹੀਰੋਇਨ ਕਿੱਥੋਂ ਆ ਗਈ ਮੈਨੂੰ ਹਾਲ ਤੱਕ ਸਮਝ ਨਹੀਂ ਆਇਆ। ਪਰ ਜਿਹੜੀ ਹੀਰੋਇਨ ਕੀਤੀ ਹੈ ਉਹ ਦੇਖੋ ਉਸੀ ਇੰਦਰਜੀਤ ਦੇ ਕੋਲੋਂ ਕਿੰਨੀ ਜ਼ਿਆਦਾ ਰਿਕਵਰੀ ਹੋਈ ਹੈ। ਸੋ ਸਾਡਾ ਕੇਸ ਹੀ ਇਹੀ ਹੈ ਕਿ ਉਸਨੇ ਇਸਨੂੰ ਝੂਠਾ ਫਸਾਇਆ। ਆਈਸ ਕਹਿ ਰਹੇ ਸੀ ਆਈਸ ਜੇ ਆਮ ਦੀ ਚੀਜ਼ ਕੋਈ ਰਿਕਵਰ ਨਹੀਂ ਹੋਈ। ਸੋ ਬਾਅਦ 'ਚ ਜਦੋਂ ਉਹਨਾਂ ਨੂੰ ਕੁਛ ਨਹੀਂ ਮਿਲਿਆ ਆਪਣੇ ਉਹਨਾਂ ਨੇ ਨੱਕ ਬਚਾਉਣ ਵਾਸਤੇ ਇੰਦਰਜੀਤ ਨੇ ਇਹਦੇ ਉੱਤੇ ਹੀਰੋਇਨ ਦਾ ਕੇਸ ਪਾਤਾ, ਜੋ ਕਿ ਉਹਦੇ ਕੋਲ ਪਤਾ ਲੱਗਦਾ ਸੀ ਸਾਨੂੰ। ਹੁਣ ਵੀ ਪੁਲਿਸ ਨੇ ਪਰਚਾ ਦਰਜ ਕਰਕੇ ਉੱਤੋਂ 14 ਕਿਲੋ ਰਿਕਵਰ ਕੀਤੀ। ਬਿਊਰੋ ਰਿਪੋਰਟ, ਦਾ NRI TV।